ਟੂਰਨਾਮੈਂਟ ਦੇ ਲਈ ਨਵਾਂ ਟੈਲੈਂਟ ਲੱਭਣ ਅੱਜ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਅੰਮ੍ਰਿਤਸਰ ਪਹੁੰਚੇ। ਇਸ ਤੋਂ ਪਹਿਲਾਂ ਜਲੰਧਰ ਅਤੇ ਪਠਾਨਕੋਟ ਵਿੱਚ ਕ੍ਰਿਕਟ ਟੈਲੈਂਟ ਲੱਭ ਚੁੱਕੇ ਹਨ। ਇਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇੱਥੇ ਚੰਗੇ ਕ੍ਰਿਕਟਰਾਂ ਨੂੰ ਲੱਭਣ ਪਹੁੰਚੇ ਹਨ ਅਤੇ ਮੌਕਾ ਅਜਿਹੇ ਲੋਕਾਂ ਦੇ ਲਈ ਇੱਕ ਵੱਡਾ ਪਲੇਟਫਾਰਮ ਹੈ ਜਿਨ੍ਹਾਂ ਨੂੰ ਅੱਗੇ ਪਹੁੰਚਣ ਦਾ ਮੌਕਾ ਨਹੀਂ ਮਿਲ ਪਾਉਂਦਾ। ਮੈਂ ਆਲਰੇਡੀ ਪਠਾਨਕੋਟ ਮੇਂ ਜਾ ਚੁੱਕਾ ਹੂੰ, ਜਲੰਧਰ ਮੇਂ ਜਾ ਚੁੱਕਾ ਹੂੰ, ਔਰ ਦੇਖਾ ਹੂੰ ਇਤਨੀ ਪ੍ਰਤਿਭਾ ਹੈ ਜਿਨਕੋ ਬੜੇ ਪਲੇਟਫਾਰਮ ਪੇ ਖੇਲਨੇ ਕਾ ਮੌਕਾ ਨਹੀਂ ਮਿਲਤਾ ਹੈ, ਤੋ ਇੱਕ ਅੱਛਾ ਪਲੇਟਫਾਰਮ ਹੈ ਉਨਕੇ ਲਈ, ਜੋ ਬੱਚੇ ਲੋਕ ਕੋ ਲਈ, ਜੈਸੇ ਉਮਰ ਉਹਨੇ ਬਤਾਇਆ ਕਿ ਉਮਰ ਕਾ ਕੋਈ ਲਿਹਾਜ਼ ਨਹੀਂ ਹੋਤਾ ਹੈ ਇਸਮੇਂ, ਕੋਈ ਵੀ ਖੇਲ ਸਕਤਾ ਹੈ, ਕਭੀ ਵੀ ਖੇਲ ਸਕਤਾ ਹੈ, ਔਰ ਮੈਂ ਹੂੰਗਾ ਕੱਲ੍ਹ ਮੈਦਾਨ ਪੇ, ਅੱਛਾ ਅੱਛਾ ਟੈਲੈਂਟ ਜੋ ਹੋਗਾ ਉਹ ਦੇਖੂੰਗਾ, ਔਰ ਚਾਹੂੰਗਾ ਕਿ ਅੰਮ੍ਰਿਤਸਰ 'ਚ ਵੀ ਅੱਛੇ ਖਿਲਾੜੀ ਬਣ ਕੇ ਆਏ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੱਲ੍ਹ ਤੋਂ 14 ਤੋਂ ਲੈ ਕੇ 35 ਸਾਲ ਤੱਕ ਦੇ ਬੱਚਿਆਂ ਦੀ ਸਿਲੈਕਸ਼ਨ ਹੋ ਰਹੀ ਹੈ ਅਤੇ ਜੋ ਵੀ ਆਪਣੇ ਕ੍ਰਿਕਟ ਟੈਲੈਂਟ ਦੇ ਲਈ ਚੰਗਾ ਪਲੇਟਫਾਰਮ ਲੱਭ ਰਿਹਾ ਉਸ ਦੇ ਲਈ ਇਹ ਵੱਡਾ ਸੁਨਹਿਰੀ ਮੌਕਾ ਹੈ। ਜੋ ਹਮਾਰਾ ਅੰਮ੍ਰਿਤਸਰ ਮੇਂ 9th ਆਫ ਸਪਟੰਬਰ ਕੋ ਟੁਮਾਰੋ ਟ੍ਰਾਇਲ ਹੋ ਰਹਾ ਹੈ CPL ਕੇ ਲੀਏ, ਕਿ CPL ਇਜ਼ T20 ਇੰਡੀਆ ਕ੍ਰਿਕਟ ਫਾਰਮੈਟ, ਔਰ ਇਸਮੇਂ ਬੇਸਿਕਲੀ ਟੈਲੈਂਟ, ਇਟਸ ਅ ਟੈਲੈਂਟ ਸਰਚ ਪ੍ਰੋਗਰਾਮ ਇਨ ਇੰਡੀਆ। ਜੋ ਬੱਚੇ ਹਮਾਰੇ ਇਸ ਦੇਸ਼ ਕੇ ਅੰਦਰ ਜੋ ਛੁਪੀ ਹੋਈ ਪ੍ਰਤਿਭਾ ਹੈ ਵੋ ਢੂੰਢਣੇ ਕੇ ਲੀਏ ਇੱਕ ਪ੍ਰਯਾਸ ਕੀਆ ਜਾ ਰਹਾ ਹੈ CPL ਕੇ ਦੁਆਰਾ, ਮਿਸਟਰ ਵਿਨੋਦ ਕਾਂਬਲੀ ਜੀ ਉਸਕੋ ਮੈਂਟੋਰ ਕਰ ਰਹੇ ਹੈ, ਔਰ ਇਸਕੇ ਹਮ ਫਸਟ ਸਟੈਪ ਹੈ ਕਿ ਹਮ ਟ੍ਰਾਇਲਸ ਲੇਤੇ ਹੈ, ਜੋ ਬੱਚੇ ਟ੍ਰਾਇਲਸ ਮੇਂ ਸ਼ਾਰਟਲਿਸਟ ਹੋਤੇ ਹੈ ਉਨਕੋ ਹਮ ਟ੍ਰੇਨਿੰਗ ਕੈਂਪਸ ਦੇਤੇ ਹੈ, ਔਰ ਆਫਟਰ ਦੇ ਟ੍ਰੇਨਿੰਗ ਕੈਂਪਸ ਦੇ ਵਿਲ ਗੋ ਇਨ ਟੂ ਆਕਸ਼ਨ, ਔਰ ਉਸਕੇ ਬਾਅਦ ਵੋ CPL T20 ਇੰਡੀਆ ਖੇਲਤੇ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਦੈਨਿਕ ਸਵੇਰਾ TV।